ਨਿੱਜੀ ਸਕੂਲਾਂ ਦੇ ਲਈ ਮਾਨ ਸਰਕਾਰ ਵੱਲੋਂ ਸਖਤ ਹੁਕਮ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਗਏ ਨੇ ਹਾਲਾਂਕਿ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਵੀ ਆਖਿਆ ਗਿਆ ਸੀ ਕਿ ਮਾਪਿਆਂ ਦੇ ਉੱਪਰ ਦਬਾਅ ਕੋਈ ਵੀ ਸਕੂਲ ਜਿਹੜਾ ਉਹ ਨਹੀਂ ਬਣਾ ਸਕਦਾ ਕਿ ਕੋਈ ਦੁਕਾਨ ਦੇ ਉੱਪਰੋਂ ਕਿਤਾਬਾਂ ਜਿਹੜੀਆਂ ਨੇ ਉਹ ਖਰੀਦਣੀਆਂ ਨੇ ਖਰੀਦਨੀਆਂ ਨੇ ਪਰ ਹੁਣ ਹੁਕਮ ਜਿਹੜੇ ਨੇ ਉਹ ਲਿਖਤੀ ਰੂਪ ਦੇ ਵਿੱਚ ਜਾਰੀ ਕਰ ਦਿੱਤੇ ਗਏ ਨੇ ਸਿੱਖਿਆ ਮੰਤਰੀ ਮੀਤਿਹਰ ਵੱਲੋਂ ਹੁਕਮ ਜਿਹੜੇ ਨੇ ਜਾਰੀ ਜਾਰੀ ਕੀਤੇ ਗਏ ਨੇ ਅਫਸਰਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਤਾਂ ਜਿਨ੍ਹਾਂ ਦੇ ਵਿੱਚ ਇਹ ਹੁਕਮ ਨਾ ਹੁਕਮਾਂ ਦੇ ਵਿੱਚ ਇਹ ਸਾਫ਼-ਸਾਫ਼ ਆਖਿਆ ਗਿਆ ਕਿ ਕਿਤਾਬਾਂ ਦੇ ਲਈ ਹੁਣ ਜਿਹੜਾ جا ਸਕਦਾ ਅਤੇ ਸਕੂਲ ਜਿਹੜੇ ਨੇ ਉਹ ਦੁਕਾਨਾਂ ਦੀ ਲਿਸਟ ਜਿਹੜੀ ਆ ਉਹ ਲਗਾਉਣਗੇ ਸਕੂਲਾਂ ਦੇ ਵਿੱਚ ਲਿਸਟ ਲਗਾਉਣੀ ਲਾਜ਼ਮੀ ਹੋਵੇਗੀ ਤੇ ਮਾਪੇ ਉਹਨਾਂ ਦੁਕਾਨਾਂ ਤੋਂ ਦੇ ਵਿੱਚੋਂ ਕਿਸੇ ਵੀ ਦੁਕਾਨ ਤੋਂ ਕਿਤਾਬਾਂ ਜਿਹੜੀਆਂ ਨੇ ਉਹ ਖਰੀਦ ਸਕਦੇ ਨੇ ਅਤੇ ਇਹ ਲਿਸਟ ਜਿਹੜੀ ਆ ਸਕੂਲ ਨੂੰ ਡੀਓ ਨੂੰ ਵੀ ਦੇਣੀ ਲਾਜ਼ਮੀ ਹੋਵੇਗੀ ਤਾਂ ਜੋ ਡੀਓ ਜਿਹੜੇ ਨੇ ਉਹ ਇਨਸਪੈਕਸ਼ਨ ਟੀਮ ਬਣਾਉਣਗੇ ਅਤੇ ਜਾਂਚ ਪੜਤਾਲ ਜਿਹੜੀ ਆ ਉਹ ਕਰਨਗੇ ਕਿ ਜੋ ਦਿਸ਼ਾ ਨਿਰਦੇਸ਼ ਜਿਹੜੇ ਨੇ ਜੋ ਹੁਕਮ ਜਾਰੀ ਕੀਤੇ ਗਏ ਨੇ ਸਰਕਾਰ ਦੇ ਵੱਲੋਂ ਉਹਨਾਂ ਦੀ ਪਾਲਣਾ ਜਿਹੜੀ ਆ ਹੋ ਵੀ ਰਹੀ ਆ ਜਾਂ ਨਹੀਂ ਹੋ ਰਹੀ ਉਸ ਤੋਂ ਬਾਅਦ ਵਰਦੀ ਨੂੰ ਲੈ ਕੇ ਵੀ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਕਿ ਵਰਦੀ ਬਦਲ ਜਿਹੜਾ ਹੈਗਾ 2 ਸਾਲ ਤੋਂ ਪਹਿਲਾਂ ਕੋਈ ਵੀ ਸਕੂਲ ਜਿਹੜਾ ਉਹ ਵਰਦੀ ਚੇਂਜ ਨਹੀਂ ਕਰ ਸਕਦਾ ਵਰਦੀ ਬਦਲ ਨਹੀਂ ਸਕਦਾ ਅਤੇ ਜੇਕਰ ਉਸ ਤੋਂ ਪਹਿਲਾਂ ਸਕੂਲ ਵਰਦੀ ਬਦਲਦਾ ਹੈ ਤਾਂ ਇੱਕ ਵਿਦਿਆਰਥੀ ਨੂੰ ਜਿਹੜੀ ਹੈਗੀ ਵਰਦੀ ਖਰੀਦਣ ਦੇ ਲਈ 2 ਸਾਲ ਦਿੱਤੇ ਜਾਣਗੇ ਅਤੇ ਜੇਕਰ ਫਿਰ ਵੀ ਵਿਦਿਆਰਥੀ ਜਿਹੜਾ ਉਹ ਵਰਦੀ ਨਹੀਂ ਖਰੀਦ ਸਕਦਾ ਨਹੀਂ ਖਰੀਦ ਪਾ ਰਿਹਾ ਤਾਂ ਉਸ ਤੋਂ ਬਾਅਦ ਵੀ ਉਹ ਪੁਰਾਣੀ ਵਰਦੀ ਦੇ ਨਾਲ ਜਿਹੜਾ ਸਕੂਲ ਆ ਉਹ ਆ ਸਕਦਾ ਤਾਂ ਸਖਤ ਹੁਕਮ ਜਿਹੜੇ ਨੇ ਜਾਰੀ ਕੀਤੇ ਗਏ ਨੇ ਤੇ ਮੀਤ ਹਰ ਵੱਲੋਂ ਜਿਹੜਾ ਆਫੀਸਰ ਦੇ ਨਾਲ ਮੀਟਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਇਹ ਹੁਕਮ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਇੱਥੇ ਵੀ ਦੱਸਦੇ ਚੱਲੀਏ ਕਿ ਨਿੱਜੀ ਸਕੂਲਾਂ ਦੇ ਖਿਲਾਫ ਆਉਣ ਵਾਲੇ ਸ਼ਿਕਾਇਤਾਂ ਦੇ ਲਈ ਜਿਹੜੀਆਂ ਨੇ ਜ਼ਿਲ੍ਹਾ ਕਮੇਟੀਆਂ ਹੋ ਰਿਐਕਟਿਵ ਕੀਤੀਆਂ ਜਾਣੀਆਂ ਤੇ ਜਿਨ੍ਹਾਂ ਨੂੰ ਹੈੱਡ ਜ਼ਿਲ੍ਹੇ ਦੇ ਡੀਸੀ ਕਰਨਗੇ ਅਤੇ ਜੋ ਵੀ ਆਈਆਂ ਹੋਈਆਂ ਸ਼ਿਕਾਇਤਾਂ ਨੂੰ ਮੋਨੀਟਰ ਜਿਹੜਾ ਆ ਉਹ ਸਿੱਖਿਆ ਮੰਤਰੀ ਮੀਤਿਆਰ ਖੁਦ ਜਿਹੜਾ ਹੈਗਾ ਆ ਉਹ ਹੈਂਡਲ ਕਰਨਗੇ ਖੁਦ ਦੇਖਣਗੇ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਆਈਆਂ ਨੇ ਇੱਥੇ ਵੀ ਦੱਸਦੇ ਚੱਲੀ ਕਿ ਜੇਕਰ ਕੋਈ ਵੀ ਸਕੂਲ ਜਿਹੜਾ ਹੈਗਾ ਆ ਉਹ ਦੋਸ਼ੀ ਪਾਇਆ ਜਾਂਦਾ ਭਾਵੇਂ ਜੋ ਵੀ ਦਿਸ਼ਾ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਨੇ ਜੋ ਹੁਕਮ ਜਿਹੜੇ ਨੇ ਜਾਰੀ ਕੀਤੇ ਨੇ ਉਹਨਾਂ ਦੀ ਉਲੰਘਣਾ ਕਰਦਾ ਜੇਕਰ ਕੋਈ ਸਕੂਲ ਜਿਹੜਾ ਹੈਗਾ ਉਹ ਪਾਇਆ ਜਾਂਦਾ ਤਾਂ ਉਸਤੇ ਉੱਪਰ ਜਿਹੜੀ ਆ ਸਖਤ ਹੋ ਜਾਰੀ ਕਰ ਦਿੱਤੇ ਗਏ ਨੇ